ਤੇ ਟਾਇਰ ਬਾਈ ਦੇ ਲੋ 70 ਵੈਸੇ ਪੂਰੇ ਖੜੇ ਆ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ। ਤੇ ਆਏ ਵੇ ਤੇ ਬਾਈ ਖੇਤਾਂ ਵਿੱਚ ਕੱਖ ਵੱਢਣ ਤੇ ਉਰੇ ਅਮਨੇ ਬਾਈ ਨਹੀਂ ਤੇ ਪ੍ਰਧਾਨ ਵੀ ਆਇਆ ਹੋਇਆ ਤੇ ਆਪਣਾ ਟਰੈਕਟਰ ਲੈ ਕੇ ਆਂਦਾ ਬਾਈ ਜੌਂਡੀਅਰ। ਆਪਾਂ ਤੁਹਾਨੂੰ ਕੱਲ ਵੀ ਦੱਸਿਆ ਤਾ ਵੀ ਕਾਫੀ ਦੂਰ ਗਏ ਵੇ ਤੇ ਟਰੈਕਟਰ ਲੈਣ ਤੇ ਤੁਹਾਨੂੰ ਟਰੈਕਟਰ ਦਿਖਾਉਨੇ ਆ ਬਾਈ। ਕਈ ਬਾਈ ਨੇ ਕੱਲ ਫੋਨ ਵੇਚਦਾ ਬਾਈ ਤੁਸੀਂ ਟਰੈਕਟਰ ਦਿਖਾਇਆ ਨਹੀਂ ਹੈਗਾ ਤੇ ਤਾਂ ਕਰਕੇ ਹੁਣ ਆਪਾਂ ਵੀਡੀਓ ਬਣਾਉਨੇ ਆ ਟਰੈਕਟਰ। ਕੋਈ ਵੀ ਮੇਰਾ ਵੀਰ ਚਾਹਵਾਨ ਹੋਇਆ ਤਾਂ ਬਾਈ ਦੇਖ ਲਿਓ ਆ ਕੇ। ਸਭ ਤੋਂ ਪਹਿਲਾਂ ਮਿਲੋ ਬਾਈ ਪ੍ਰਧਾਨ ਨੂੰ ਤੇ ਅਮਨ ਨੂੰ। ਬਾਹਰ ਗਿਆ ਹੋਇਆ ਤਾਂ ਮੁੰਡਾ ਜਿਹਦਾ ਉੱਪਰ ਲੈ ਕੇ ਆਂਦਾ ਟਰੈਕਟਰ ਨਹੀਂ ਨਹੀਂ ਬਾਈ ਵਪਾਰੀ ਕੋਲ ਨਹੀਂ ਆਇਆ। ਹਾਂ ਟਰੈਕਟਰ ਲੈ ਕੇ ਵੀ ਬਾਈ 250 ਕਿਲੋਮੀਟਰ ਆਉਂਦਾ 3500-4000 ਦਾ ਤੇਲ ਖਲਾਤਾ ਇਹਨੂੰ। ਬਿਲਕੁਲ ਬਿਲਕੁਲ ਹਾਂ ਖੜਾ ਤਾਂ ਮਨੇ ਕੱਦਾ ਟਰੈਕਟਰ ਖੜਾ ਤਾਂ ਅੰਦਰ ਇਹਦਾ। ਹਾਂ ਛਤਰੀ ਦਾ ਕੱਪੜਾ ਵੀ ਤੇ ਬਾਕੀ 2300 ਘੰਟੇ ਚੱਲਿਆ ਉਹਨੇ ਟਰੈਕਟਰ ਬਾਈ। ਮੀਟਰ ਦੀ ਰੀਡਿੰਗ ਦਿਖਾ ਦਿੰਨੇ ਖੜੇ ਇੱਕ ਮਿੰਟ। ਓਰੀਜਨਲ 2300 ਹਾਂ 2300 ਓਰੀਜਨਲ ਚੱਲਿਆ ਹੋਇਆ। ਬਾਕੀ ਕੁਛ ਨਾ ਦਿਓ ਪੰਪ ਦੀ ਸੀਲ ਵੀ ਨਹੀਂ ਖੁੱਲੀ ਹੋਈ ਬਾਈ। ਸਾਰਾ ਟਰੈਕਟਰ ਜੈਨੂਅਨ ਆ ਕੋਈ ਛੇੜਖਾਨੀ ਕੁਛ ਨਹੀਂ ਕਰੀ ਹੋਈ। ਹੈ ਹਾਂ ਉਦਾਂ ਬਾਈ ਇਹ ਟਰੈਕਟਰ ਜਿਹੜੇ ਕਾਲੇ ਇੰਜਨ ਵਾਲੇ ਤੇ ਜ਼ਿਆਦਾ ਕਾਮਯਾਬ ਹੋਣ ਵਾਲੇ ਗਿਲਤ ਕਹਿੰਦੇ ਬਾਈ। ਇਹ ਚੀਜ਼ ਤਾਂ ਮੈਨੂੰ ਵੀ ਇਹਦਾ ਪਤਾ ਜਦ ਬਾਈ ਨੇ ਆਪਾਂ ਨੂੰ ਫੋਟੋ ਪਾਈਆਂ ਫਿਰ ਦੋ ਤਿੰਨ ਜਣਿਆਂ ਨੂੰ ਪੁੱਛਿਆ ਫਿਰ ਜਾਣੀ ਕਿ ਬੰਦੇ ਨੇ ਦੱਸਿਆ ਵੀ ਹਾਂ ਵੀ ਇਹਦੀ ਟਰੈਕਟਰ ਦੀ ਮਾਰਕੀਟ ਹੈਗੀ ਆ। ਹਾਂ ਅਤੇ ਕਿਉਂਕਿ ਮਤਲਬ ਕਿ ਆਪਣੇ ਜੌਂਡੀਅਰ ਫਿਰ ਵੀ ਘੱਟ ਆ ਟਰੈਕਟਰ ਆਪਣੇ ਘੱਟ। ਹਾਂ ਅਸੀਂ ਜੌਂਡੀਅਰ ਮਤਲਬ ਕਿ ਲੱਤਾਂ ਵੀ ਨਹੀਂ ਹੈ ਜ਼ਿਆਦਾਤਰ ਛੋਟੀ ਟਰੈਕਟਰ 265-75 475 ਇਹੀ ਟਰੈਕਟਰ ਜ਼ਿਆਦਾ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲ। ਬਾਕੀ ਚੱਲ ਕੋਈ ਵੀ ਚੀਜ਼ ਆਪਣੇ ਲੈ ਗਈ ਪਤਾ ਲੱਗਦਾ ਯਾਰ ਕਾਕਾ। ਹਾਂ ਇੱਕ ਥੋੜ੍ਹਾ ਜਿਹਾ ਬਾਈ ਨੇ ਬਹੁਤ ਬੜਾ ਹੌਸਲਾ ਦਿੱਤਾ ਇਹਦਾ ਟਰੈਕਟਰ ਲੱਤਾ। ਕਹਿੰਦਾ ਬਾਈ ਕੋਈ ਗੱਲ ਨਹੀਂ ਕਹਿੰਦਾ ਪੈਸੇ ਪੂਸਿਆਂ ਦਾ ਕੋਈ ਚੱਕਰ ਨਹੀਂ ਵੀ ਮਤਲਬ ਕਿ ਮਿਲਿਆ ਟਰੈਕਟਰ ਆਪਾਂ ਨੂੰ ਰੇਟ ਵਿੱਚ ਆਏ ਨਹੀਂ ਹੈਗਾ ਵੀ ਸਸਤਾ ਮਿਲਿਆ। ਹਾਂ ਬਾਈ ਨੇ ਐਂ ਕਹਿਦਾ ਵੀ ਪੈਸੇ ਮਾੜੇ ਮੋਟੇ ਵੀ ਤੂੰ ਫਿਰ ਦੇ ਦੀ ਕੋਈ ਚੱਕਰ ਨਹੀਂ। ਹਾਂ ਵੀ ਜੇ ਮਾੜੇ ਮੋਟੇ ਪੈਸੇ ਕੋਈ ਘਾਟ ਵਾਧ ਹੈ ਕਿਉਂਕਿ ਬੜੀ ਰਕਮ ਵਾਲਾ ਟਰੈਕਟਰ ਆ ਯਾਰ ਇੰਨੇ ਪੈਸੇ। ਟਰੈਕਟਰ ਹੋਰ ਵੀ ਕਈ ਖੜੇ ਆਪਣੇ ਲੱਤੇ ਹੋਏ ਕੁਝ ਥੋੜ੍ਹਾ ਜਿਹਾ ਜਿਹੜਾ ਮੀਂਹ ਮੂੰਹ ਪਿਆ 2-2.5 ਲੱਖ ਦਾ ਸਪੇਅਰ ਪਾਰਟ ਖਰਾਬ ਹੋ ਗਿਆ ਆਪਣਾ ਯਾਰ। ਹਾਂ ਉਹ ਚੀਜ਼ ਦਾ ਥੋੜ੍ਹਾ ਜਿਹਾ ਉੱਦਾਂ ਹੀ ਜਾਣੀ ਮਨ ਜ ਹੈ ਨਹੀਂ ਤਾਂ ਬੰਦੇ ਨੇ ਥੋੜ੍ਹਾ ਜਿਹਾ ਆਪੇ ਹੌਸਲਾ ਦੇ ਦਿੱਤਾ। ਚੱਲ ਫਿਰ ਆਪਾਂ ਨੂੰ ਵੀ ਹੋ ਗਿਆ ਬਈ ਬੰਦਾ ਆਪਣਾ ਇੰਨਾ ਮਨ ਕਰਦਾ ਤਾਂ ਆਪਾਂ ਵੀ ਚਲੋ ਜਾ ਆਉਂਦੇ ਹਾਂ। ਇੱਕ ਥੋੜ੍ਹੀ ਦੂਰ ਜਾਣ ਦੀ ਘੋਲ ਬਹੁਤ ਹੀ 3 ਮਹੀਨੇ ਹੋ ਗਏ ਬੰਦੇ ਨੂੰ ਫੋਨ 'ਤੇ ਗੱਲ ਕਰਦੇ ਨੂੰ 3 ਮਹੀਨੇ ਹਿਸਾਬ ਲਾ ਲਾ ਪਰ ਘੋਲੇ ਹੋਈ ਵੀ ਦੂਰ ਆ ਛੱਡ ਕਿਆ ਕਰਨਾ। ਬਾਕੀ ਆਪਣੇ ਫਿਰ ਦੇਖ ਲੈ ਕਰਾਉਣਾ ਸਟਾਰਟ ਸਟੂਟ ਕਰਕੇ ਦਿਖਾ ਦਈਏ ਟਰੈਕਟਰ ਆਪਾਂ। ਨਹੀਂ ਜੀ ਸਿੰਪਲ ਵੀ ਆਏ ਜੀ। ਹਾਂ ਸਿੰਪਲ ਵੀ ਆਏ 4-5-6 'ਚ ਸਿੰਪਲ ਵੀ ਆਉਂਦੇ ਨੇ। ਹਾਂ ਜਿਹੜੇ ਦੂਏ ਨਹੀਂ ਆਏ ਆਪਣੇ ਸਕੂਟਰ ਗੇਅਰ ਆਏ ਸਕੂਟਰ ਗੇਅਰ 'ਚ ਸਿੱਧੇ ਹੀ ਗੇਅਰ 'ਤੇ ਆਏ 1-2-3-4। ਹਾਂ ਹਾਂ ਉਹ ਟਰੈਕਟਰ ਸਿੰਪਲ ਆਏ ਜੀ। ਲਓ ਬਾਈ ਟਰੈਕਟਰ ਦੀ ਆਵਾਜ਼ ਵੀ ਕਰ ਲਓ ਚੈੱਕ। ਤੇ ਟਾਇਰ ਬਾਈ ਦੇ ਲਓ 70 ਵੈਸੇ ਪੂਰੇ ਖੜੇ ਆ ਪਰ ਇਹ ਬਦ ਹੋਊਗੇ ਘੱਟ ਨਹੀਂ ਹੋਣਗੇ ਟਾਇਰ। ਚੱਲਦਾ ਮੀਟਰ ਚੱਲਦਾ ਬਾਈ ਕੁਛ ਨਹੀਂ ਛੇੜਿਆ ਜੈਨ ਹੋਣਾ ਸਾਰਾ ਟਰੈਕਟਰ। ਅਤੇ ਬਾਕੀ ਬਾਈ ਆਪਾਂ ਨੇ ਬਹੁਤਾ ਕੁਛ ਦੱਸਣਾ ਨਹੀਂ ਹੈਗਾ। ਕੋਈ ਮੇਰਾ ਵੀਰ ਚਾਹਵਾਨ ਹੋਇਆ ਤਾਂ ਆ ਕੇ ਆਪਣਾ ਆਪ ਦੇਖ ਲਿਓ ਟਰੈਕਟਰ ਕੋਈ ਚੱਕਰ ਨਹੀਂ। ਰੱਥ ਕੱਢੂਗੇ ਆਪਾਂ ਨੇ ਜਾਣੀ ਕਿ ਹਰੇਕ ਵੀਰ ਨੇ ਸਪੈਸ਼ਲ ਕਹਿਤਾ ਵੀ ਵੀਡੀਓ ਬਾਈ ਬਣਾਇਓ ਪਿੰਡ ਵਾਲੇ ਅਤੇ ਕਾਲੇ ਬਾਈ ਨੂੰ ਵੀ ਕਿਹਾ ਹੈ ਅਮਨ ਬਾਈ ਨੇ ਵੀ ਵੀਡੀਓ ਬਣਾਈ ਇਹਦੇ ਚੈਨਲ 'ਤੇ ਵੀ ਦੇਖਿਓ ਜਾ ਕੇ। ਹਾਂ ਚੜ੍ਹਦੀ ਹੈ ਛੇਤੀ ਸਹੀ ਗੱਲ ਹੈਗੀ ਟਰੈਕਟਰ ਮਾ। ਅਤੇ ਬਾਕੀ ਬਾਈ ਰੇਟ ਮੈਂ ਆਪਣਾ ਫੋਨ ਨੰਬਰ ਮੈਨਸ਼ਨ ਕਰ ਦੂੰਗਾ ਥੱਲੇ ਫੋਨ 'ਤੇ। ਕੋਈ ਮੇਰਾ ਵੀਰ ਚਾਹਵਾਨ ਹੋਇਆ ਤਾਂ ਫੋਨ 'ਤੇ ਗੱਲ ਕਰ ਲਿਓ ਅਤੇ ਜੇ ਕਿਸੇ ਬਾਈ ਨੇ ਟਰੈਕਟਰ ਵਿੱਚ ਦੇਣਾ ਹੋਇਆ ਕੋਈ ਹੋਰ ਟਰੈਕਟਰ ਹੈ ਤਾਂ ਵਿੱਚ ਵੀ ਕਰ ਲਉਂਗੇ ਬਾਈ ਵਾਧਾ ਘਾਟਾ। ਆਪਣੇ ਟਰੈਕਟਰ ਦੀਆਂ ਫੋਟੋਆਂ ਜੋ ਵੀ ਹੈ ਆਪਣੇ ਵਟਸਐਪ ਨੰਬਰ 'ਤੇ ਪਾ ਦਿਓ।
ਕੁਦਰਤੀ ਫਿੱਟ ਹੈ ਬਾਈ ਹਾਂ ਕੋਈ ਐ ਜੜਦੀ ਹੈ ਕੁਦਰਤੀ ਫਿੱਟ ਹੈ ਬਾਕੀ ਬਾਈ ਜਿਹੜੇ ਇਹ ਜੇ ਮਾਡਲ ਆ ਜਿਹਦੇ ਕੋ ਹੈਗੇ ਵੇਚਦਾ ਕੋਈ ਨਹੀਂ ਹੈਗਾ ਆਪਣੇ ਪਿੰਡ ਮਨੇ ਹੈਗੇ ਦੋ ਟਰੈਕਟਰ ਵੇਚਦੇ ਨਹੀਂ ਇੱਕ ਸਾਡੇ ਪਿੰਡ ਆ ਉਹਦੇ ਕੋਲ ਪੱਪੇ ਕੋਲ ਆਪਣੇ ਪਿੰਡ ਭੀਮੇ ਕੋਲ ਕੋਈ ਨਹੀਂ ਵੇਚਦਾ ਹਾਂ ਸਹੀ ਗੱਲ ਆ ਬਾਈ ਨਾਲੇ ਦੇ ਲੈ ਕਿੰਨਾ ਕੰਮ ਲੰਨੇ ਆ ਇਹ ਤਾਂ ਜੀਰੀਆਂ ਸੀ ਵੇਚਿਆ ਹਾਂ ਜੀ ਫਿਰ ਤਾਂ ਠੀਕ ਆ ਅੱਛਾ ਜੀ ਨਹੀਂ ਭਾਈ ਮੈਂ ਦੇ ਦੂੰਗਾ ਫਿਰ ਜਾਤੇ ਅੱਛਾ ਜੀ ਜੇ ਮੇਰੇ ਕਰਮਾਂ ਚ ਹੋਇਆ ਜੀਰੀਆਂ ਚ ਦੇ ਦੂੰਗਾ ਠੀਕ ਆ ਜੀ ਨਹੀਂ ਫਿਰ ਜੇ ਵੇਚਿਆ ਤਾਂ ਅਗਲੇ ਜੀਰੀ ਪੂਰੀ ਝਾੜ ਦੇਗੀ ਠੀਕ ਆ ਠੀਕ ਆ ਝਾੜ ਦਵੇ ਨਾ ਦਵੇ ਟਰੈਕਟਰ ਲੈ ਲੂੰਗਾ ਅੱਛਾ ਜੀ ਹੁਣ ਐਡਾ ਬੜਾ ਜੋਧਾ ਬਾੜਨਾ ਪੈਂਦਾ ਸਾਲ ਦਾ ਦੇਖ ਨਹੀਂ ਹੁੰਦੇ ਲੁਕ ਰਿਆ ਅੱਛਾ ਹੁਣ ਮਹੀਨਾ ਹੋ ਗਿਆ ਵਿਚਾਰੇ ਨੂੰ ਸਹੀ ਗੱਲ ਹੈ ਰਕਮ ਦਾ ਟਰੈਕਟਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿਹਦੀ ਮੌਜ ਆਪਾਂ ਸਹੀ ਗੱਲ ਹੈ ਇਹਦੇ ਨਾਲ ਵੀ ਤੁਸੀਂ ਜੋ ਮਰਜੀ ਜਿਹੜਾ ਤੁਸੀਂ 9 ਫੁੱਟਾ ਜੋ ਹੋਰ ਵੀ ਰੀਪਰ ਉੱਪਰ ਸਾਰਾ ਕੁਝ ਚਲਾਉਣਾ ਹੈ ਹਾਂ ਫੁੱਟਾ ਚਲਾਉਂਗਾ ਨਾ ਇਹ ਹਾਂ ਹਾਂ ਬਾਈ ਚਲਾਊਗਾ ਟੀਓ ਪਾਵਰ ਆਪਣੇ ਜਿਹੜਾ ਅੰਦਰ ਖੜਾ ਚਲਾਊਗਾ 11 ਫੁੱਟਾ ਚਲਾ ਲਈ ਜੀ ਪਾਵਰ ਉਹੀ ਆ ਮਨੇ ਸਹੀ ਗੱਲ ਪਿੱਛੋਂ ਦੇਖ ਲਓ ਬਾਈ ਸਾਰਾ ਰੀਅਲ ਨਾਲ ਜਾਨੀ ਕਿ ਜੈਨੂਨ ਕੋਈ ਛੇੜਖਾਨ ਨਹੀਂ ਕਿਤੇ ਤੇ ਕੋਈ ਟੱਚਿੰਗ ਰੰਗ ਪੇਂਟ ਕੁਝ ਨਹੀਂ ਹੈ ਕਰਵੈਂ ਚਲਾਉਂਦਾ ਰਿਹਾ ਕਮੈਂ ਚਲਾਉਂਦਾ ਰਿਹਾ ਬਾਈ ਸਹੀ ਬਾਈ ਤਾਂ ਕੀ ਗੱਲ ਹੈ ਰੂਟੋਮੀਟਰ ਨਿਕਲ ਸਕੜ ਨਹੀਂ ਕਿ ਥੋੜੀ ਜਿਹੀ ਕਿਤੇ ਬਾਈ ਰੀਪਰ ਨੂੰ ਹੈ ਬਾਈ ਰੀਪਰ ਨੂੰ ਨੇਰੀ ਲਿਆ ਦਿੰਦਾ ਹਾਂ ਰੀਪਰ ਨੂੰ ਕਾਮਯਾਬ ਆ ਟਰੈਕਟਰ ਬਾਈ ਤੇਲ ਵੀ ਬਾਈ ਬਾਕੀ ਜਿਹੜਾ ਬੰਦਾ ਕੋਈ ਬਾਈ ਯਕੀਨ ਹੋਇਆ ਜਿਹਨੂੰ ਪਤਾ ਹੋਇਆ ਜਾਂ ਜਿਹਨੇ ਜੌਂਡੀ ਰੱਖਿਆ ਵਾ ਉਹ ਬੰਦੇ ਨੇ ਤਾਂ ਮਤਲਬ ਕਿ ਪੱਕਾ ਬੇਸ਼ੱਕ ਲਵੇ ਨਾ ਲਵੇ ਦੇਖਣ ਜ਼ਰੂਰ ਆਊਗਾ ਟਰੈਕਟਰ ਉਹਨੇ ਫੋਨ ਕਰ ਲੈਣਾ ਹਾਂ ਤੇ ਬਾਈ ਨੇਰਾ ਹੁੰਦਾ ਕੱਖ ਵੀ ਵੱਢਣੇ ਆ ਲੇਟ ਹੋ ਗਏ ਕਿਉਂਕਿ ਕੱਲ ਰਾਤ ਬਹੁਤ ਲੇਟ ਆਏ ਆ ਤੇ ਇੱਕ ਮਨੇ ਹੋਰ ਆ ਬਾਈ ਮੈਂ ਬਾਈ ਨਾਲ ਦੀ ਵੀਡੀਓ ਵੀ ਬਣਾ ਕੇ ਲਿਆ ਆ ਆਪਾਂ ਕਹਿੰਦੇ ਆਪਣੇ ਹੋਇਆ ਨੁਕਸਾਨ ਬਾਈ ਉੱਧਰ ਬਹੁਤ ਜ਼ਿਆਦਾ ਬੁਰਾ ਹਾਲ ਆ ਬਾਈ ਕਈ ਕਈ ਏਰੀਆ ਚ ਬਹੁਤ ਹਾਂ ਆਪਣੇ ਫਿਰ ਵੀ ਚਲੋ ਮਹਾਰਾ ਦਾ ਬਚਾਓ ਐਵੇਂ ਹਾਂ ਜਿਨ੍ਹਾਂ ਦੇ ਮਤਲਬ ਕਿ ਲੈ ਕੇ ਆਏ ਉਹਦੇ ਭਰਾ ਤੋਂ ਨਾਲੇ ਘਰ ਖੇਤਾਂ ਵਿੱਚ 17-18 ਕਿੱਲੇ ਜਮਾ ਹੀ ਖਤਮ ਹੈ ਬਾਈ ਆਪਣੇ ਦਾ ਪਾਣੀ ਨਿਕਲਦਾ ਨਾ ਉਹਨਾਂ ਦੇ ਪਾਣੀ ਉੱਥੇ ਖੜਾ ਕਹਿੰਦਾ ਸਾਡਾ ਖੇਤ ਚ ਸੁੱਕਣਾ ਪਾਣੀ ਮਾਨਸਾ ਸਾਈਡ ਬਾਈ ਹੈ ਮਾਨਸਾ ਸਾਈਡ ਗਿਆ ਫਿਰੋਜ਼ਪੁਰ ਸਾਈਡ ਬਾਈ ਉੱਧਰ ਬਾਈ ਹੋਇਆ ਫਿਰੋਜ਼ਪੁਰ ਫਰੀਦਕੋਟ ਤੇ ਬਾਈ ਹਾਂ ਮਤਲਬ ਕਿ ਆਪਾਂ ਦਾ ਆਪਾਂ ਵੀ ਰੱਬ ਨੂੰ ਕੋਸਦੇ ਪਰ ਆਪਣੇ ਦਾ ਤਾਂ ਨੁਕਸਾਨ ਕੁਝ ਵੀ ਨਹੀਂ ਬਾਈ ਬਹੁਤ ਜ਼ਿਆਦਾ ਨੁਕਸਾਨ ਉੱਧਰ ਦਾ ਜ਼ਮੀਨਾਂ ਵੀ ਮਤਲਬ ਕਿ ਕੱਲ ਹੋ ਰਿਹਾ ਜ਼ਿਮੀਂਦਾਰ ਵੀ ਬਹੁਤ ਬੜੇ ਆ ਉੱਧਰ ਬਾਈ ਲੋਕਾਂ ਦੇ ਵਿਚਾਰੇ ਵੱਧ ਜ਼ਮੀਨ ਵਾਲੇ ਹਾਂ ਵੱਧ ਜ਼ਮੀਨ ਵਾਲੇ ਆ ਘੱਟ ਹੈਗੇ ਵਿਚਾਰਿਆਂ ਦੇ ਹਾਂ ਪਿੰਡ ਜਾਨੀ ਕਿ 10 15 20 ਕਿਲੋਮੀਟਰ ਬਾਅਦ ਆਉਂਦਾ ਪਿੰਡ ਪਾ ਪਿੰਡ ਹੈਗੇ ਭਾਰੇ ਆ ਪਰ ਐਂ ਪਿੰਡ ਛੱਦੇ ਆ ਬਹੁਤ ਹਾਂ ਅੱਛਾ ਹਾਂ ਹਾਂ ਆਪਣਾ ਹਾਂ ਮੈਂ ਦੇਖ ਦੇਖਿਆ ਹੋਇਆ ਏਰੀਆ ਉਧਰ ਜ਼ਮੀਨਾਂ ਜਮੂਨਾਂ ਸੀ ਘਟ ਕੇ ਰੋਡ ਪਰ ਨੂੰ ਲੰਘੇ ਯਾਰ ਹਾਂ ਰੋਡ ਪਰ ਲੰਘੇ ਠੀਕ ਆ ਤੁਸੀਂ ਤਾਂ ਕਿਹਦੇ ਘਰ ਜਾ ਕੇ ਆਏ ਤੁਸੀਂ ਪੂਰਾ ਦੇਖਿਆ ਹੈ ਨਾ